नमस्कार जनता टीवी देख रहे हैं आप और मैं हूं आपके साथ वैभव वैभविष्य संगरूर में दो साल के मासूम की, की बोरवेल में गिरने से मौत हो गई फतेहवीर की मौत के बाद पंजाब हरियाणा हाई कोर्ट में जनहित याचिका दाखिल की गई याचिका में लिखा गया कि सुप्रीम कोर्ट के निर्देशों का पालन नहीं किया गया है मामले में सोमवार को मामले में सुनवाई की जाएगी हमारे संवाददाता सुमित जोशी ने वकील सुमित जोशी से खास बातचीत की उन्होंने क्या कुछ कहा सुनिए ਫਤੇ ਵੀਰ ਦੀ ਮੌਤ ਤੋਂ ਬਾਅਦ ਹੈ ਜਿਹੜਾ ਕਿ ਮਾਮਲਾ ਜਿਵੇਂ ਲਗਾਤਾਰ ਗੁੰਜਲਦਾਰ ਬੰਦਾ ਜਾ ਰਿਹਾ ਤੋਦੂ ਬਾਅਦ ਹਾਈ ਕੋਰਟ ਵੀ ਦਸਤਕ ਦਿੰਦਾ ਹੈ ਮਾਮਲਾ ਨਜ਼ਰ ਆਉਂਦਾ ਹੈਗਾ ਪ੍ਰਵਿੰਦਰ ਸੇਖੋਂ ਕਰਨ ਜਿਹੜੀ ਪਟੀਸ਼ਨ ਹੈ ਉਹ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਤੇ ਉਹਨਾਂ ਦੇ ਵਕੀਲ ਜਿਹੜੇ ਵਿਕਰਮਜੀਤ ਉਹ ਸਾਡੇ ਨਾਲ ਹੈਗੇ ਨੇ ਕਰਨ ਜੀ ਜੇ ਗੱਲ ਕੀਤੀ ਜਾਵੇ ਜੇ ਤੁਸੀਂ ਕੀ ਕੁਝ ਪੁਆਇੰਟ ਚੱਕੇ ਹੈਗੇ ਨੇ ਕਿਉਂਕਿ ਸਵਾਲ ਲੋਕ ਵੀ ਬਹੁਤ ਖੜੇ ਕਰ ਰਹੇ ਨੇ ਕਿ ਸ਼ਾਇਦ ਉਸ ਤੋਂ ਬਾਅਦ ਹੀ ਹੈ ਤੁਸੀਂ ਵੀ ਉਹਨਾਂ ਸਵਾਲਾਂ ਨੂੰ ਹਾਈ ਕੋਰਟ ਤੱਕ ਪਹੁੰਚ ਕੇ ਹਾਂਜੀ ਅਸੀਂ ਦੇਖੋ ਇਸ ਪੀਏਐਲ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਵੀ ਬੱਚੇ ਦੇ ਅਹ ప్రతి ਜਿਹੜਾ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਉਹਦੇ ਸਾਰੇ ਸੱਚ ਲੋਕਾਂ ਦੇ ਸਾਹਮਣੇ ਆ ਸਕਣ ਅਸੀਂ ਐਸਪੀਐਲ ਦੇ ਵਿੱਚ ਅ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਪਾਰਟੀ ਬਣਾਇਆ ਐ ਐਨਡੀਆਰਐਫ ਨੂੰ ਪਾਰਟੀ ਬਣਾਇਆ ਤੇ ਅਸੀਂ ਅਪੀਲ ਕੀਤੀ ਐ ਜੇ ਸੋਨਬਲ ਕੋਰਟ ਨੂੰ ਵੀ ਉਹ ਇਹਨਾਂ ਕੋਲ ਸਟੇਟਸ ਰਿਪੋਰਟ ਮਗਾਉਣ ਜਿਹਦੇ ਵਿੱਚ ਹਰ ਦਿਨ ਦੀ ਕਾਰਵਾਈ ਦਾ ਜ਼ਿਕਰ ਹੋਵੇ ਇਹ ਕਾਰਵਾਈ ਕਿੱਦਾਂ ਚਲਾਈ ਗਈ ਇਸ ਪੂਰੇ ਰੈਸਕਿਊ ਆਪਰੇਸ਼ਨ ਨੂੰ ਕਿਵੇਂ ਸ਼ੇਪ ਦਿੱਤੀ ਗਈ ਕਿਵੇਂ ਡਿਸਾਈਡ ਕੀਤਾ ਗਿਆ ਵੀ ਅਸੀਂ ਬੱਚੇ ਨੂੰ ਉੱਪਰੋਂ ਨਹੀਂ ਕਢਣਾ ਤੇ ਸਾਈਡ ਤੇ ਪੈਰਲਲ ਬੋਰ ਅਸੀਂ ਕੱਢਾਂਗੇ ਕਿੰਨੇ ਡੈਪਥ ਤੇ ਕੱਢਾਂਗੇ ਇਹਦੀ ਕੋਈ ਸਾਇੰਟਿਫਿਕ ਇਹਨਾਂ ਕੋਈ ਇਨਪੁਟ ਸੀ ਕੋਈ ਇਹਨਾਂ ਕੋ ਰੋਡ ਮੈਪ ਸੀ ਇਹਦਾ ਕੋਈ ਪਾਲਿਸੀ ਸੀ ਜਿਹੜੀ ਇਹਨਾਂ ਫਾਲੋ ਕੀਤੀ ਹੈ ਕਿਉਂਕਿ ਸਾਡੇ ਮੁਤਾਬਕ ਅਜੇ ਤੱਕ ਪੰਜਾਬ ਦੇ ਵਿੱਚ ਜਿੱਥੇ 8 ਲੱਖ ਬੋਰ ਵੈਲ ਨੇ ਅੱਜ ਤੱਕ ਇੱਥੇ ਇਹ ਇਹਦੀ ਕੋਈ ਪਾਲਿਸੀ ਨਹੀਂ ਬਣੀ ਵੀ ਜਦੋਂ ਬੋਰਵੈਲ ਬਣਨਾ ਆ ਉਦੋਂ ਕਿਹੜੀਆਂ ਕਿਹੜੀਆਂ ਹਦਾਇਤਾਂ ਨੂੰ ਪ੍ਰੋਪਰ ਜਿਹੜਾ ਆ ਉਹਨਾਂ ਹਦਾਇਤਾਂ ਨੂੰ ਫਾਲੋ ਕਰੇ ਕੀਤਾ ਜਾਣਾ ਚਾਹੀਦਾ ਹੈ ਤੁਸੀਂ ਉਸ ਸ਼ਖਸ ਦਾ ਵੀ ਜ਼ਿਕਰ ਕੀਤਾ ਹੈਗਾ ਜਿਨੇ ਪਹਿਲੇ ਦਿਨ ਕਿਹਾ ਸੀਗਾ ਕਿ ਮੈਂ ਇਸ ਬੱਚੇ ਨੂੰ ਕੱਢ ਦਿਨਾ ਹੈਗਾ ਹਾਲਾਂਕਿ ਉੱਥੇ ਤੇ ਗ੍ਰਾਮੀਨ ਖੇਤਰ ਦਾ ਹੋ ਹੈਗਾਗਾ ਤੇ ਹੁਣ ਫੇਰ ਜਦ ਕਹਈਏ ਕਿ ਲਾਸਟ ਪੁਆਇੰਟ ਤੇ ਉਹੀ ਟੈਕਨੀਕ ਨਾਲ ਉਹਨੂੰ ਕੱਢਿਆ ਗਿਆ ਬੱਚੇ ਨੂੰ ਉਹੀ ਸ਼ਖਸ ਨੇ ਕੱਢਿਆ ਹੈਗਾਗਾ ਉਸ ਚੀਜ਼ ਦਾ ਵੀ ਜ਼ਿਕਰ ਕੀਤਾ ਹੈ ਬਿਲਕੁਲ ਜ਼ਿਕਰ ਕੀਤਾ ਹੈ ਅਸੀਂ ਇਹਦੇ ਵਿੱਚ ਇਹ ਗੱਲ ਲਿਖੀ ਹੈ ਵੀ ਇੱਕ ਮੋਟਰ ਮੈਕੈਨਿਕ ਜਿਹੜਾ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਵੀ ਮੈਂ ਬੱਚੇ ਨੂੰ ਸੇਫਲੀ ਤੇ ਸੌਣ ਲਈ ਕੱਢ ਸਕਦਾ ਮੈਂ ਬੱਚੇ ਨੂੰ ਜੀਂਦਾ ਕੱਢ ਸਕਦਾ ਹਾਂ ਮੈਨੂੰ ਇੱਕ ਮੌਕਾ ਦਿੱਤਾ ਜਾਵੇ ਉਹਨੂੰ ਮੌਕਾ ਦੇਣ ਦਾ ਇੱਕ ਇੱਕ ਜਦੋਂ ਤੁਹਾਡੇ ਕੋਈ ਫੇਸਡ ਵਿਦ ਸਮ ਕਾਈਂਡ ਆਫ ਪ੍ਰੋਬਲਮ ਤੁਸੀਂ ਉਹਦੇ ਵੱਖਰੇ ਵੱਖਰੇ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇੱਕ ਸੋਲੂਸ਼ਨ ਜੇ ਕੋਈ ਸਿਰਫ ਹੋਇਆ ਵੀ ਉਹ ਐਨਡੀਆਰਐਫ ਦਾ ਬੰਦਾ ਨਹੀਂ ਹੈ ਤੇ ਇਸ ਕਰਕੇ ਉਹਨੂੰ ਉਹਨਾਂ ਨੇ ਮੌਕਾ ਨਹੀਂ ਦਿੱਤਾ ਜੇ ਉਹ ਵੀ ਐਨਡੀਆਰਐਫ ਦਾ ਬੰਦਾ ਹੁੰਦਾ ਤੇ ਸ਼ਾਇਦ ਬੱਚਾ ਹੋ ਉਸ ਤਕਨੀਕ ਨੂੰ ਜੇ ਐਨਡੀਆਰਐਫ ਵਰਤ ਲੈਂਦੀ ਜੇ ਬੱਚੇ ਦਾ ਖਿਆਲ ਉਹਨਾਂ ਦੇ ਮਨ 'ਚ ਹੁੰਦਾ ਤੇ ਉਹ ਅੱਜ ਅੱਜ ਫਤਿਹਦੀ ਤੁਹਾਡੇ ਕੋਲ ਜਿੰਦਾ ਹੁੰਦਾ ਸਾਨੂੰ ਜੋ ਵੀ ਇਸ ਪੂਰੇ ਮਸਲੇ ਨੂੰ ਲੈ ਕੇ ਕਿਤਨਾ ਕਿਤੇ ਜਿਹੜੀ ਹੈ ਸਟੇਟ ਗਵਰਨਮੈਂਟ ਹੈ ਜਿਹੜੀ ਕੋਈ ਸੀਰੀਅਸਨੈਸ ਦਿਖਾਈ ਹੈ ਇਸ ਪੂਰੇ ਨੇਜੀ ਸਟੇਟ ਗਵਰਨਮੈਂਟ ਨੇ ਕੋਈ ਸੀਰੀਅਸ ਇਸ਼ੂ ਨਹੀਂ ਦਿਖਾਈ ਹੈਗੀ ਸਵਾ ਚਾਰ 2 3 ਵਜੇ ਦੇ ਕਰੀਬ ਉਹ ਬੋਰਵੈਲ ਚ ਗਿਰਦਾ ਆ ਸਵਾ ਚਾਰ ਵਜੇ ਇਨਟੀਮੇਸ਼ਨ ਆਉਂਦੀ ਹੈ ਸਵਾ 5 ਵਜੇ ਐਨਡੀਆਰਐਫ ਨੂੰ ਪਤਾ ਲੱਗਦਾ ਆ 6 6:30 ਵਜੇ ਐਨਡੀਆਰਐਫ ਆਉਂਦੀ ਆ 7:30 ਵਜੇ ਆ ਗਏ ਐਨਡੀਆਰਐਫ ਕਹਿੰਦੀ ਆ ਜੀ ਅਸੀਂ ਤੇਜੀ ਬੱਚੇ ਦੇ ਰਾਈਟ ਹੈਂਡ ਨੂੰ ਕਲੰਪ ਕਰ ਲਿਆ ਜੇ ਬੱਚੇ ਦੇ ਰਾਈਟ ਹੈਂਡ ਨੂੰ ਕਲੰਪ ਕਰ ਲਿਆ ਤਾਂ ਫਿਰ ਬੱਚਾ ਬਾਹਰ ਕਿਉਂ ਨਹੀਂ ਆਇਆ ਗੱਲ ਇਹ ਹੈ ਕਿ ਆਖਿਰਕਾਰ ਜੇ ਫਤੇਵਾਲ ਵੀਰ ਦੀ ਜਿਹੜੀ ਜ਼ਿੰਦਗੀ ਕਿਵੇਂ ਬਚਾਈ ਜਾ ਸਕਦੀ ਸੀ ਜਾਂ ਕਿਵੇਂ ਅੱਗੇ ਲਈ ਹੈ ਜਿਹੜੇ ਹੋਰ ਮਾਸੂਮਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਜਾਂ ਬੋਰਵੈਲ ਦਾ ਖਤਰਾ ਬੰਦ ਕੀਤਾ ਜਾਵੇ ਉਸ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਜ਼ਰਾ ਹੁੰਦੀ ਹੋਈ ਨਜ਼ਰ ਆਉਗੀ ਹਾਲਾਂਕਿ ਦੇਖਣਾ ਹੋਊਗਾ ਕਿ ਕੋਰਟ ਦਾ ਕੀ ਰੁਕ ਰਹਿਂਦਾ ਹੈਗਾ ਪਰ ਇੰਨਾ ਜ਼ਰੂਰ ਹੈਗਾ ਕਿ ਤਮਾਮ ਉਹੀ ਸਵਾਲ ਇਹਨਾਂ ਵਕੀਲਾਂ ਕਰਿਓ ਚੁੱਕੇ ਗਏ ਨੇ ਜਿਹੜੇ ਕਿ ਸ਼ਾਇਦ ਪੰਜਾਬ ਦੇ ਜਾਂ ਦੇਸ਼ ਦੇ ਹਰ ਇੱਕ ਕਿਸੇ ਸ਼ਖਸ ਦੇ ਜ਼ਿਹਨ 'ਚ ਨਹੀਂ ਤੇ ਲੋਕ ਇਹ ਸਵਾਲ ਹੁਣ ਕਿਤੇ ਨਾ ਕਿਤੇ ਸਰਕਾਰਾਂ ਦੀਪ ਦਿਨ ਅਸਮੀ ਜੋਸ਼ੀ ਜ਼ੰਤਾ ਟੀਵੀ ਚੰਡੀ